ਜਾਂਦੇ ਜਾਂਦੇ ਕਿ ਸੁਨੇਹਾ ਦੇ ਚੱਲਿਆ ਜਾਂਦੇ ਜਾਂਦੇ ਕਿਉਂ ਬੋਲ ਰਿਹਾ ਕਿਉਂਕਿ ਯੂਕੇ 스파우스 ਕੇਸ ਬੰਦ ਹੋਣ ਜਾ ਰਿਹਾ ਹੈ 스파우스 ਕੇਸ ਦੀ ਜਾਂਦੇ ਜਾਂਦੇ ਕਿ ਖੁਸ਼ਖਬਰੀ ਹੈ ਰੈਗਜ਼ਮ ਗਲੈਂਡਰ ਯੂਨੀਵਰਸਿਟੀ ਦਸੰਬਰ ਇਨਟੇਕ ਹੈ ਹੁਣ ਗੱਲ ਕਰਦੇ ਆ ਵਿਟਾਊਟ ਆਲਸ ਵਾਲਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੁਖਸ਼ਾਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਦੇ ਸੀ ਯੂ ਟਿਊਬ ਚੈਨਲ ਦੇ ਮਾਧਿਅਮ ਰਾਹੀਂ ਆ ਜਾਂਦੇ ਜਾਂਦੇ ਕਿ ਸੁਨੇਹਾ ਦੇ ਚੱਲਿਆ ਜਾਂਦੇ ਜਾਂਦੇ ਕਿਉਂ ਬੋਲ ਰਿਹਾ ਕਿਉਂਕਿ ਯੂਕੇ ਸਪਾਊਸ ਕੇਸ ਬੰਦ ਹੋਣ ਜਾ ਰਿਹਾ ਕਿਉਂ ਬੰਦ ਹੋਣ ਜਾ ਰਿਹਾ ਕਿਉਂਕਿ ਜਨਵਰੀ 2024 ਤੋਂ ਬਾਅਦ ਕੋਈ ਵੀ ਸਟੂਡੈਂਟ ਜਿਹੜਾ ਪੜ੍ਹਾਈ ਕਰਨ ਯੂਕੇ ਜਾਏਗਾ ਹੁਣ ਆਪਣੇ ਪਰਿਵਾਰ ਨੂੰ ਸਪਾਊਸ ਨੂੰ ਬੱਚਾ ਨੂੰ ਨਹੀਂ ਲੈ ਕੇ ਜਾ ਕੇ ਪਾਏਗਾ ਅੱਜ ਦੀ ਵੀਡੀਓ ਚ ਸਪਾਊਸ ਕੇਸ ਲਈ ਜਾਂਦੇ ਜਾਂਦੇ ਇੱਕ ਖੁਸ਼ਖਬਰੀ ਹੈ ਇੱਕ ਯੂਨੀਵਰਸਿਟੀ ਨੇ ਅੱਜ ਹੀ ਸੀਟਸ ਓਪਨ ਕੀਤੀਆਂ ਦਸੰਬਰ ਇਨਟੇਕ ਨੂੰ ਲੈ ਕੇ ਉਹਦੇ ਬਾਰੇ ਗੱਲ ਕਰਾਂਗੇ ਵਿਦਾਊਟ ਆਇਲਸ ਪੜ੍ਹਨ ਜਾਣਾ ਜਨੂਨ ਇੰਡੈਕਸ ਪੜਨ ਜਾਣਾ ਚਾਹੇ ਪੰਜਾਬ ਬੋਰਡ ਤੋਂ ਪੜਿਓ ਹਰਿਆਣਾ ਬੋਰਡ ਤੋਂ ਪੜਿਓ ਹਰ ਇੱਕ ਜਿਹੜਾ ਤੂੰ ਇਹ ਬੱਚਾ ਪਲੱਸ 2 ਪਾਸ ਆ ਕਿਸੇ ਵੀ ਬੋਰਡ ਤੋਂ ਵਿਦਆਊਟ ਐਲਸ ਕਿਹੜੀ ਯੂਨੀਵਰਸਿਟੀ ਪੜਨ ਜਾ ਸਕਦਾ ਆ ਦੋ ਖੁਸ਼ ਖਬਰੀਆਂ ਆ ਦੋ ਅਪਡੇਟਸ ਤੁਹਾਨੂੰ ਅੱਜ ਵੀਡੀਓ ਸਾਂਝੀ ਕਰਾਂਗਾ ਵੀਡੀਓ 5-7 ਮਿੰਟ ਦੀ ਹੋਏਗੀ ਪੂਰੀ ਦੇਖ ਲਿਓ ਆਪਣੇ ਸੁਝਾਅ ਦੇ ਦਿਓ ਔਰ ਜੇ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਔਰ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਇੰਪੋਰਟੈਂਟ ਅਪਡੇਟ ਸਭ ਤੋਂ ਬੰਦ ਤੱਕ ਪਹੁੰਚਦੀ ਕਰ ਸਕੀਏ ਬਿਨਾਂ ਸਮਾਂ ਖਰਾਬ ਕੀਤੇ ਗੱਲ ਸ਼ੁਰੂ ਕਰਦੇ ਆ ਪਹਿਲਾਂ ਸਪਾਊਸ ਦੀ ਗੱਲ ਕਰਦੇ ਆ ਸਭ ਨੂੰ ਪਤਾ ਹੈ ਕਿ ਯੂਕੇ ਵਿੱਚ ਸਪਾਊਸ ਵੀਜ਼ਾ ਹੁਣ ਬੰਦ ਹੋਣ ਜਾ ਰਿਹਾ ਜਿਹੜਾ ਵੀ ਸਟੂਡੈਂਟ ਜਨਵਰੀ 2024 ਔਨਵਰਡ ਪੜਨ ਜਾਏਗਾ ਉਹ ਆਪਣੇ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਪਾਏਗਾ ਲਾਸਟ ਵੀਡੀਓ ਚ ਗੱਲ ਕੀਤੀ ਸੀ ਨਵੰਬਰ ਇਨਟੇਕ ਵਿੱਚ ਦੋ ਯੂਨੀਵਰਸਿਟੀਆਂ ਓਪਨ ਹੋਈਆਂ ਜਿਹਦੀ ਡੈਡ ਲਾਈਨ ਆਲਮੋਸਟ ਹੀ ਜੋਕ ਨੂੰ ਖਤਮ ਹੋ ਚੱਲੀ ਹੈ ਇੱਕ ਹੋਰ ਯੂਨੀਵਰਸਿਟੀ ਰੈਗਜ਼ਮ ਗਲੈਂਡਰ ਯੂਨੀਵਰਸਿਟੀ ਦਸੰਬਰ ਇਨਟੇਕ ਹੈ ਗ੍ਰੈਜੂਏਸ਼ਨ ਕੀਤੀ 2016 ਔਨਵਰਡ ਡਾਇਰੈਕਟ ਮਾਸਟਰ ਚ ਪੜਨ ਜਾ ਸਕਦੇ ਹੋ ਜਾਨਕਿ ਤੁਹਾਡਾ 8 ਸਾਲ ਦਾ ਵੀ ਗੈਪ ਸੈਪਟੇਬਲ ਹੈ ਕਿਉਂਕਿ ਤੁਸੀਂ 7 ਸਾਲ ਦਾ ਕਿਉਂਕਿ ਦਸੰਬਰ 2023 ਦੇ ਇੰਡੇਗਲੀ ਸੋ 7-8 ਸਾਲ ਦੇ ਗੈਪ ਨਾਲ ਗ੍ਰੈਜੂਏਸ਼ਨ 2016 ਜਾਂ ਇਸ ਤੋਂ ਔਨਵਰਡ ਕਿਸੇ ਨੇ ਕੀਤੀ ਹੈ 60% ਤੁਹਾਡੇ ਨੰਬਰ ਹੈ ਆਇਲਟਸ ਓਵਰAllResult ਨੋਟ ਲੈਸ ਦਨ 7.5 ਬੈਂਡ ਜਾਂ ਫਿਰ ਪੀਟੀ ਓਵਰAllResult 54 ਨੋਟ ਲੈਸ ਦਨ 51 ਵਾਲਾ ਬੱਚਾ ਰੈਗਜ਼ਾਮ ਗ੍ਰੈਂਡਰ ਯੂਨੀਵਰਸਿਟੀ ਪੜਨ ਜਾ ਸਕਦਾ ਦਸੰਬਰ ਇਨਟੇਕ ਲਈ 올 ਐਜੂਕੇਸ਼ਨ ਡਾਕੂਮੈਂਟਸ ਪੀਡੀਐਫ ਫਾਰਮੈਟ ਪਾਸਪੋਰਟ ਦੀ ਕਾਪੀ ਫਰੰਟ ਬੈਕ ਪੀਡੀਐਫ ਫਾਰਮੈਟ ਤੁਹਾਡੀ ਸਟੇਟਮੈਂਟ ਆਫ ਪਰਪਸ ਤੁਹਾਡੇ ਦੋ ਲੈਟਰ ਆਫ ਰਿਕਮੈਂਡੇਸ਼ਨ ਰਾਇਲ ਸਟਡੀ ਕੋ ਚਾਹੀਦਾ ਔਰ ਇਹ ਡਾਕੂਮੈਂਟ ਬੱਚਾ ਸੇਮ ਡੇ ਨਹੀਂ ਪ੍ਰੋਵਾਈਡ ਕਰ ਸਕਦਾ ਉਹਨੂੰ ਘੱਟੋ ਘੱਟ ਦੋ ਚਾਰ ਦਿਨ ਲੱਗ ਜਾਂਦੇ ਆ ਸੋ ਇਹ ਮੰਨ ਕੇ ਚੱਲੋ ਅਗਰ ਡਾਕੂਮੈਂਟ ਤੁਹਾਡੇ ਸਾਰੇ ਰੈਡੀ ਹੈ ਤਾਂ ਫਾਈਲ ਅਪਲਾਈ ਕਰਕੇ ਦਸੰਬਰ ਇਨਟੇਕ ਲਈ ਸਪਾਊਸ ਦੇ ਨਾਲ ਬੱਚਿਆਂ ਦੇ ਨਾਲ ਇਕੱਠਿਆਂ ਟ੍ਰੈਵਲ ਕਰ ਸਕਦੇ ਹੋ ਉਸ ਤੋਂ ਬਾਅਦ ਇੱਕ ਕਹਾਵਤ ਬਣ ਕੇ ਰਹਿ ਜੇਗੀ ਕਾਸ਼ ਮੈਂ ਉਦੋਂ ਗੱਲ ਮੰਨੀ ਹੁੰਦੀ ਕਾਸ਼ ਮੈਂ ਉਦੋਂ ਵੀਜ਼ਾ ਅਪਲਾਈ ਕੀਤਾ ਹੁੰਦਾ ਹੱਥ ਦੀਆਂ ਤਕਦੀਰਾਂ ਕੋਸੇ ਨਾਲੋਂ ਬੈਟਰ ਐ ਅੱਜ ਸਹੀ ਫੈਸਲਾ ਲਿਆ ਜਾਵੇ ਕਿਉਂਕਿ ਸਹੀ ਸਮੇਂ ਤੇ ਲਿਆ ਫੈਸਲਾ ਇੱਕ ਚੰਗੀ ਮੰਜ਼ਿਲ ਤੇ ਤੁਹਾਨੂੰ ਪਹੁੰਚਾ ਸਕਦਾ ਸੋ ਦਸੰਬਰ ਇੰਟੀਗਰੀ ਲਈ ਦਾ ਐਗਜ਼ਾਮ ਗਲੈਂਡ ਯੂਨੀਵਰਸਿਟੀ ਪੜਨਾ ਚਾਹੁੰਦੇ ਹੋ 7 ਤੋਂ 8 ਸਾਲ ਦਾ ਗੈਪ ਤੁਹਾਡਾ ਅਸੈਪਟੇਬਲ ਆ ਗ੍ਰੈਜੂਏਸ਼ਨ ਚ 60% ਨੰਬਰ ਆਇਲਟਸ ਓਵਰঅল 6 ਬੈ ਨਾਲ ਦਸੰਬਰ ਇੰਟੀਗਰੀ ਆਪਣੇ ਸਪਾਊਸ ਨਾਲ ਪੜਨ ਜਾਇਆ ਜਾ ਸਕਦਾ ਕਿਸੇ ਕੰਸਲਟੈਂਟ ਤੋਂ ਫਾਈਲ ਲੱਗੀ ਐ ਆਫਰ ਲੈਟ ਨਹੀਂ ਆ ਰਹੀ ਇੰਟਰਵਿਊ ਨਹੀਂ ਆ ਰਿਹਾ ਕੈਸ ਨਹੀਂ ਆ ਰਿਹਾ ਪਰੇਸ਼ਾਨ ਹੋ ਕਬਰੋਂ ਦੀ ਲੋੜ ਨਹੀਂ ਆਰਐਸ ਗੁਬਲ ਤੁਹਾਡੀ ਅਪਲੀਕੇਸ਼ਨ ਨੂੰ ਦਰਜ ਕਰੇਗਾ ਤਾਂ 100% ਵੀਜ਼ਾ ਦੇਗਾ ਕਿਉਂਕਿ ਅੱਜ ਤੱਕ ਆਰਐਸ ਗੁਬਲ ਦਾ ਸਕਸੈਸ ਰੇਟ 100% ਹੈ ਨੋਟ ਅ ਸਿੰਗਲ ਵੀਜ਼ਾ ਹੈਸ ਬੀਨ ਡਿਫਿਊਜ਼ਡ ਟਿਲ ਡੇਟ ਅਗਰ ਤੁਸੀਂ ਵੀ 100% ਵੀਜ਼ਾ ਯੂਕੇ ਦਾ ਸਪਾਊਸ ਲੈਣਾ ਚਾਹੁੰਦੇ ਹੋ ਤੇ ਆਖਰੀ ਕੇਵਲ ਆਖਰੀ ਮੌਕਾ ਬਚਿਆ ਇਸ ਤੋਂ ਬਾਅਦ ਇਹ ਵੀਡੀਓ ਨਹੀਂ ਪਏਗੀ ਵੀਡੀਓ ਤੁਸੀਂ ਜਾ ਕੇ ਹਫਤੇ 10 ਦਿਨ ਬਾਅਦ ਵੇਖ ਰਹੇ ਹੋ ਤਾਂ ਕੋਈ ਫਾਇਦਾ ਨਹੀਂ ਸੋ ਅੱਜ ਹੀ ਵੀਡੀਓ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਆਪਣੇ ਦੋਸਤਾਂ ਭੈਣਾ ਭਰਾਵਾਂ ਤੱਕ ਫਲਾ ਦਿਓ ਤਾਂ ਕਿ ਉਹ ਇਸ ਓਪਰਚੁਨਿਟੀ ਨੂੰ ਵੇਲ ਕਰਕੇ ਇਸ ਜਾਂਦੇ ਜਾਂਦੇ ਮੌਕੇ ਦਾ ਫਾਇਦਾ ਜਲ ਲਾਾ ਉਠਾ ਸਕਣ ਹੁਣ ਗੱਲ ਕਰਦੇ ਆ ਵਿਦਾਊਟ ਆਇਲਸ ਵਾਲੇ ਦੀ ਵਿਦਾਊਟ ਆਇਲਸ ਪੜਨ ਜਾਣਾ ਬੱਚਾ ਪੰਜਾਬ ਦਾ ਹਰ ਕੋਈ ਵਿਦਾਊਟ ਆਇਲਸ ਪੜਨ ਨੂੰ ਜਾਣ ਨੂੰ ਲੋਚਦਾ ਸੀ ਔਰ ਬਹੁਤ ਸਾਰੇ ਯੂਨੀਵਰਸਿਟੀ ਨੇ ਪੰਜਾਬ ਦੇ ਬੱਚੇ ਲੈਣੇ ਮਨਾ ਕਰਦੇ ਸੀ ਪਟਹਣ ਜਨਵਰੀ 2024 ਦੇ ਇੰਤੇਗਲੀ ਇੱਕ ਯੂਨੀਵਰਸਿਟੀ ਓਪਨ ਹੋਈ ਹੈ ਜਿਹੜੇ ਚ ਪੰਜਾਬ ਹਰਿਆਣਾ ਹਿਮਾਚਲ ਕੋਈ ਵੀ ਬੋਰਡ ਤੋਂ 12ਵੀਂ ਕੀਤੀ ਹੈ ਤੁਸੀਂ 60% ਨੰਬਰ ਪੜ੍ਹਾਈ ਚੋਂ ਤੁਹਾਡੀ ਇੰਗਲਿਸ਼ ਚੋਂ ਹੈਗੇ ਆ ਤੁਸੀਂ ਪੜਨ ਜਾ ਸਕਦੇ ਹੋ ਨਾਰਮਲੀ CBSE ਵਾਲਾ ਬੱਚਾ ਜਾਂ ICSE ਪੜਿਆ ਬੱਚਾ ਜਨ ਕਿ ਜਿਹੜਾ ਅੰਗਰੇਜ਼ੀ CBSE ਜਾਂ ICSE ਪੜਿਆ ਅੰਗਰੇਜ਼ੀ ਚੋਂ 60% ਨੰਬਰ ਹੈ ਉਹੀ ਬੱਚਾ ਜਾ ਸਕਦਾ ਸੀ ਪਰ ਹੁਣ ਬੈਂਗਰ ਯੂਨੀਵਰਸਿਟੀ ਜਿਹੜੀ ਵੇਲਜ਼ ਵਿੱਚ ਪੈਂਦੀ ਹੈ ਤਹਾਡੇ ਓਵਰঅল 55% ਨੰਬਰ ਹੈ ਇੰਗਲਿਸ਼ ਜੋ 60% ਨੰਬਰ ਹੈ ਤਾਂ ਵੀ ਵਿਦਾਊਟ ਆਇਲਸ ਪੜਨ ਜਾ ਸਕਦੇ ਹੋ ਤੁਹਾਡੀ ਸਕੂਲ ਦੀ ਲੈਟਰ ਚਾਹੀਦੀ ਹੋਏਗੀ ਐਮਓ ਲੈਟਰ ਕਿ ਤੁਸੀਂ ਅੰਗਰੇਜ਼ੀ మీడియం ਪੜਿਓ 60% ਨੰਬਰ ਤੁਹਾਡੀ ਡਿਗਰੀ ਜੋ ਹੈ ਯੈਸ ਯੂ ਆਰ ਐਲੀਜੀਬਲ ਫਿਰ ਇਹਦੇ ਚ 2021 ਪਾਸਵਰਡ ਬੱਚਾ ਵੀ ਜਾ ਸਕਦਾ ਹੈ 21 ਔਨਵਰਡ ਜਣ ਕਿ ਤੁਹਾਡਾ 4 ਸਾਲ 3 ਸਾਲ ਦਾ ਗੈਪ ਸੈਪਟੇਬਲ ਹੈ 2021 22 23 ਕੋਈ ਵੀ ਪਾਸਵਰਡ ਬੱਚਾ ਓਵਰঅল 55% ਨੰਬਰ ਇੰਗਲਿਸ਼ 'ਚ 60% ਨੰਬਰ ਕਿਸੇ ਵੀ ਬੋਰਡ ਤੋਂ ਤੁਸੀਂ ਪਲੱਸ 2 ਪਾਸ ਕੀਤੀ ਵਿਦਆਊਟ ਆਲਸ ਪੜਨ ਜਾ ਸਕਦੇ ਹੋ ਬਟ ਸੀਟਸ ਲਿਮਟਿਡ ਹੈ ਫਰਸਟ ਕਮ ਫਰਸਟ ਸਰਵ ਸੋ ਜੇ ਆਪਣੀ ਐਪਲੀਕੇਸ਼ਨ ਅਕਤੂਬਰ ਦੇ ਵਿੱਚ ਵਿੱਚ ਦਰਜ ਕਰ ਦਿੰਦੇ ਹੋ 30 ਅਕਤੂਬਰ ਤੋਂ ਪਹਿਲਾਂ ਪਹਿਲਾਂ ਫਾਈਲ ਪਾਉਂਦੇ ਹੋ ਤੁਹਾਡਾ ਵੀਜ਼ਾ ਦਸੰਬਰ ਐਂਡ ਤੱਕ ਲੱਗ ਆਏਗਾ ਚੜ੍ਹਦੇ ਸਾਲ ਨੂੰ ਤੁਸੀਂ ਯੂਕੇ ਬੈਠੇ ਹੋਵੋਗੇ ਬਿਨਾਂ ਆਲਸ ਤੋਂ ਔਰ ਇਹ ਵੀਡੀਓ ਵੀ ਦੁਬਾਰਾ ਨਹੀਂ ਕੀਤੀ ਜਾਣੀ ਕਿਉਂਕਿ ਵਿਦਆਊਟ ਆਲਸ ਆਪਸ਼ਨ ਕੇਵਲ ਇੱਕੋ ਯੂਨੀਵਰਸਿਟੀ 'ਚ ਹੈ ਜਿੱਤ ਤਕਰੀਬਨ ਅਸੀਂ 55 40-45 ਯੂਨੀਵਰਸਿਟੀ 'ਚ ਅਸੀਂ ਬੱਚੇ ਭੇਜਦੇ ਤਾਂ ਤੁਸੀਂ ਕੇਵਲ ਇੱਕ ਯੂਨੀਵਰਸਿਟੀ ਚ ਵਿਦਾਉਟ ਆਈਐਲਟਸ ਪੜਨ ਜਾ ਸਕਦੇ ਹੋ ਇਸ ਓਪਰਚ्युनिटी ਵੇਲ ਕਰਨਾ ਚਾਹੁੰਦੇ ਹੋ ਡਿਲੇ ਨਾ ਕਰਿਓ ਔਰ ਨਾਰਮਲੀ ਸਾਰੀਆਂ ਯੂਨੀਵਰਸਿਟੀ ਚ 1200 2000 ਪਾਉਂਡ ਦੀ ਸਕਾਲਰਸ਼ਿਪ ਤੱਕ ਮਿਲ ਰਹੀ ਹੈ ਅਗਰ ਇਸ ਸਕਾਲਰਸ਼ਿਪ ਨੂੰ ਵੇਲ ਕਰਨਾ ਬਿਨਾ ਆਈਐਲਟਸ ਪੜਨ ਜਾਣਾ ਜਾਂ ਫਿਰ ਸਪਾਊਸ ਨਾਲ ਬੱਚਿਆਂ ਨਾਲ ਇੱਕ ਆਖਰੀ ਮੌਕਾ ਇਹਨੂੰ ਛੱਡਣਾ ਨਹੀਂ ਚਾਹੁੰਦੇ ਫਿਰ ਡਿਲੇ ਨਾ ਕਰਿਓ ਆਰਐਸ ਗੁਲਦੀਪ ਬਠਿੰਡਾ ਮੋਹਾਲੀ ਜਲੰਧਰ ਜਾਂ ਅੰਮ੍ਰਿਤਸਰ ਬ੍ਰਾਂਚ ਵਿੱਚ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਵਿਜ਼ਿਟ ਕਰੋ ਆਪਣੀ ਕਾਉਂਸਲਿੰਗ ਲਾਓ ਚੰਗਾ ਲੱਗਦਾ ਤਾਂ ਆਪਣਾ ਕੇਸ ਜਰੂਰ ਦਰਜ ਕਰੋ। ਵੀਡੀਓ ਕਿਵੇਂ ਦੀ ਲੱਗੀ ਤੁਹਾਡੇ ਸੁਝਾਅ ਦੀ ਮੈਨੂੰ ਇੰਤਜ਼ਾਰ ਰਹੂਗਾ ਕਿਉਂਕਿ ਉਹਨਾਂ ਸੁਝਾਅ ਦੇ ਬੇਸ ਤੇ ਉੱਤੇ ਆਪਾਂ ਨਵੀਂ ਵੀਡੀਓ ਲੈ ਕੇ ਆਉਣੇ ਅੱਜ ਦੀ ਵਿਦਾਊਟ ਆਇਲਸ ਵੀਡੀਓ ਕਰਨ ਦਾ ਪਰਪਸ ਹੀ ਤਕਰੀਬਨ ਬਹੁਤ ਵੱਡੀ ਗਿਣਤੀ 'ਚ ਬੱਚੇ ਨੇ ਮੈਸੇਜ ਆਏ ਕਿ ਸਾਡੇ ਲਈ ਕੋਈ ਆਪਸ਼ਨ ਨਹੀਂ ਜਿਹਨੇ ਆਇਲਸ ਨਹੀਂ ਕੀਤੀ ਸੋ ਅੱਜ ਮੌਕਾ ਉਹਨਾਂ ਲਈ ਵੀ ਲਿਆ ਆ ਅਗਰ ਆਇਲਸ ਨਹੀਂ ਕੀਤੀ ਤਾਂ ਵੀ ਯੂਕੇ ਪੜਨ ਜਾ ਸਕਦੇ ਹੋ। UK ਵਰਕ ਪਰਮਨ ਨੂੰ ਲੈ ਕੇ ਬਹੁਤ ਸਾਰੇ ਕਮੈਂਟਸ ਸਵਾਲ ਸਾਡੇ ਅਲੱਗ-ਅਲੱਗ ਫੇਸਬੁਕ ਇੰਸਟਾਗ੍ਰam ਪੇਜ ਤੇ ਨੇ ਅਗਲੀ ਵੀਡੀਓ ਇੰਸਟਾਗ੍ਰam ਦੇ ਉੱਤੇ ਵੀਡੀਓ ਫੇਸਬੁਕ ਉੱਤੇ ਜਾਂ YouTube ਉੱਤੇ ਜੀ ਪਾਈ ਜਾਏਗੀ ਉਹ UK ਵਰਕ ਪਰਮਨ ਲਈ ਪਾਈ ਜਾਏਗੀ UK ਵਰਕ ਪਰਮਨ ਚ ਇੱਕ ਸਾਡੀ ਕੰਪੇਨਿੰਗ ਚੱਲ ਰਹੀ ਹੈ ਕਿ UK ਚ ਤੁਸੀਂ ਪੜਨ UK ਚ ਕੰਮ ਕਰਨ ਜਾ ਸਕਦੇ ਹੋ ਬਿਲਕੁਲ ਫ੍ਰੀ ਚ ਅਗਰ ਤੁਹਾਨੂੰ 2 ਦਿਨ ਚ ਕੋਸਨਾ ਦਿੱਤਾ ਸੋ ਉਸ ਵੀਡੀਓ ਬਾਰੇ ਅਗਲੀ ਵੀਡੀਓ ਚ ਗੱਲ ਕਰਾਂਗੇ ਯੂਕੇ ਕਿਵੇਂ ਵਰਕ ਪਰਮਿਟ ਤੇ ਤੁਸੀਂ ਜਾ ਸਕਦੇ ਹੋ ਦੋ ਦਿਨ ਚ ਕੌਂਸਲਟਰ ਲੈ ਕੇ ਸਾਡੇ ਇਸ ਚੈਨਲ ਨਾਲ ਜੁੜੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਤਾਂ ਕਿ ਉਸ ਬੇਸ਼ਕੀਮਤੀ ਵੀਡੀਓ ਤੁਸੀਂ ਵੇਖ ਕੇ ਆਪਣੇ ਪ੍ਰਵਿਕਸਵੰਦੀਕ ਸਹੀ ਫੈਸਲਾ ਲੈ ਸਕੋ ਨਵੇਂ ਵੀਡੀਓ ਨਾਲ ਫਿਰ ਤੁਹਾਡੇ ਰੂਪਰ ਹਾਜ਼ਰ ਹੋਣਾ ਤਦ ਤੱਕ ਜੁੰਦੇ ਆਵਾਜ਼ ਦਿਓ ਰੱਬ ਰਾਖਾ ਸਤਿ ਸ਼੍ਰੀ ਅਕਾਲ